ਮੈਂ ਸਾਰਿਆਂ ਨੂੰ ਕਹਿਣਾ ਜੀ ਪਹਿਲੇ ਨੰਬਰ ਤੇ ਤਾਂ ਦੇਖੋ ਜੀ ਗਰਬਾਣੀ ਨਾਲ ਜੁੜੋ ਹੂੰ ਸਭ ਤੋਂ ਵੱਡੀ ਗਰਬਾਣੀ ਗਰਜ ਪੁੱਤਰ ਦੀ ਬੜੀ ਵੀਰ ਨੂੰ ਲੱਗੇ ਜਗਤ ਨੂੰ ਪਿਆਰੀ ਇਸ ਗਰਜ ਨੇ ਪੱਟੀ ਦੁਨੀਆ ਐਂਦ ਬਣਾਤੀ ਜ਼ਾਰੀ ਇਸ ਗਰਜ ਨੇ ਪੱਟੇ ਸਾਧੂ ਜਾਂਦੇ ਆ ਨਾਮ ਚਤਾਰੀ ਇਸ ਗਰਜ ਨੇ ਪਟਣੀ ਨੂੰ ਨਾ ਜਾਂਦੀ ਜਵਾਨ ਨੂੰ ਹਾਰੀ ਇਸ ਗਰਜ ਨੇ ਪਟਿਆ ਕਰਤਾਰਾ ਹਾਂਜੀ ਇਸ ਗਰਜ ਨੇ ਪਟਿਆ ਕਰਤਾ ਰਾਜੀ ਨੇ ਲੜੀ ਬਣਾਤੀ ਸਾਰੀਓ ਪੁੱਤਰਾ ਦੀ ਗਰਜ ਬੜੀ ਜੇ ਆਪਾਂ ਚੰਗੀ ਚੀਜ਼ ਆ ਤਾਂ ਚੰਗਾ ਹੀ ਫਲ ਹੂੰ ਤੇ ਮੰਦੀ ਦਾ ਇਹ ਤਾਂ ਜੀ ਪਿੱਛੇ ਤੁਸੀਂ ਦੇਖੋ ਗਰਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਦਰਸ਼ਕੋ ਮੋਗੇ ਜ਼ਿਲ੍ਹੇ ਦਾ ਬੜਾ ਹੀ ਇਤਿਹਾਸਕ ਪਿੰਡ ਹੈ ਲੋਪੋ ਜੇ ਦੇਖਿਆ ਜਾਵੇ ਲੋਪੋ ਦੇ ਵਿੱਚ ਬਹੁਤ ਨਾਮਵਰ ਸਾਧੂ ਸੰਤ ਹੋਏ ਨੇ ਇਹ ਲੋਪੋਂ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੀ ਚਰਨਛੋਪਾ ਪ੍ਰਾਪਤ ਹੈ ਸੋ ਇੱਥੇ ਬੜੇ ਲੇਖਕ ਗਾਇਕ ਹੋਏ ਨੇ ਤੇ ਇੱਕ ਬਹੁਤ ਨਾਮ ਮਸ਼ਹੂਰ ਹੈ ਕਰਤਾਰਾ ਕਰਤਾਰ ਸਿੰਘ ਢਾਲੀਵਾਲ ਵੀ ਜਿਨ੍ਹਾਂ ਨੂੰ ਕਹਿੰਦੇ ਸੀ ਕਰਤਾਰਾ ਬੋਲੀਆਂ ਵਾਲੇ ਦੇ ਨਾਮ ਨਾਲ ਮਸ਼ਹੂਰ ਹੋਏ ਬੋਲੀਆਂ ਕੋਈ ਆਮ ਨਹੀਂ ਜਿਨ੍ਹਾਂ ਨੇ ਪੂਰਨ ਭਗਤ ਚਾਹ ਤੇ ਪੀਮ ਬਹੁਤ ਤਰ੍ਹਾਂ ਦੀਆਂ ਬੋਲੀਆਂ ਲਿਕੀਆਂ ਜਿਹੜੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਸੀ ਸੋ ਆਪਾਂ ਜੇ ਦੇਖਗੇ ਜਿਹੜੀਆਂ ਇਹ ਬੋਲੀਆਂ ਹਨ ਉਹਨਾਂ ਨੂੰ ਕਿਵੇਂ ਉਹਨਾਂ ਨੇ ਰਚੇਤਾ ਬਣੇ ਸੋ ਸਾਡੇ ਹੀ ਨਗਰ ਦੇ ਇੱਕ ਹੋਰ ਨੇ ਮੁਖਤਿਆਰ ਸਿੰਘ ਢਾਲੀਵਾਲ ਜਿਨ੍ਹਾਂ ਨੂੰ ਇਹ ਸ਼ੌਂਕ ਆ ਬੋਲੀਆਂ ਦਾ ਕਵਿਤਾਵਾਂ ਦਾ ਅੱਜ ਅਸੀਂ ਉਹਨਾਂ ਨੂੰ ਤੁਹਾਡੇ ਸਾਹਮਣੇ ਕਰਨ ਲੱਗੇ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਕਿ ਆਖਰ ਉਹਨਾਂ ਨੂੰ ਇਹ ਸ਼ੌਂਕ ਕਿਵੇਂ ਪਿਆ ਕਿਉਂਕਿ ਜਿਹੜਾ ਉਹਨਾਂ ਦਾ ਪਰਿਵਾਰ ਸੀ ਉਹ ਖੇਤੀਬਾੜੀ ਨਾਲ ਜੁੜਿਆ ਹੋਇਆ ਸੀ ਉਹਨਾਂ ਨੂੰ ਇਹ ਸ਼ੌਂਕ ਕਿਵੇਂ ਪਿਆ ਤੇ ਕਿਹੋ ਜਿਹਾ ਰਿਸਪੌਂਸ ਮਿਲਿਆ ਕਿੰਨੇ ਕਥਾਵਾਂ ਤੇ ਉਹਨਾਂ ਨੇ ਇਹ ਬੋਲੀਆਂ ਪਾਈਆਂ ਕਿਉਂਕਿ ਜੇ ਦੇਖਿਆ ਜਾਵੇ ਕੋਈ ਵੀ ਜਦੋਂ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਤਾਂ ਪਹਿਲਾਂ ਹੀ ਕਹਿਣ ਲੱਗ ਜਾਂਦੇ ਸੀ ਨੌਜਵਾਨ ਕਿ ਮੁਖਤਿਆਰ ਸਿੰਘ ਨੂੰ ਬੁਲਾ ਲਓ ਆਪਾਂ ਉੱਥੇ ਬੋਲੀਆਂ ਪਾਉਣੀਆਂ ਕੋਈ ਉਹਨਾਂ ਤੋਂ ਕਵਿਤਾ ਸੁਣਾਗੇ ਤੇ ਇਹ ਵੀ ਬੜੇ ਸ਼ੌਂਕ ਦੇ ਨਾਲ ਜਾ ਕੇ ਪ੍ਰੋਗਰਾਮ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਉਂਦੇ ਸੀ ਸੋ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਮੁਖਤੇਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਇਕਵਤਾ ਹੈ ਬੋਲੀ ਆ ਤੁਹਾਡੇ ਪਰਿਵਾਰ ਦੇ ਵਿੱਚ ਤਾਂ ਕੋਈ ਹੈ ਨਹੀਂ ਸੀ ਤੁਸੀਂ ਦੱਸਿਆ ਵੀ ਖੇਤੀਬਾੜੀ ਨਾਲ ਜੁੜੀ ਸੀ ਤੁਹਾਨੂੰ ਕਿਵੇਂ ਸ਼ੌਂਕ ਪਿਆ ਇਹ ਹਾਂ ਜੀ ਪਹਿਲਾਂ ਤਾਂ ਜੋ ਵੀ ਜਿੰਨੇ ਵੀ ਦਰਸ਼ਕ ਇਹ ਪ੍ਰੋਗਰਾਮ ਨੂੰ ਵੇਖ ਰਹੇ ਆ ਸੁਣ ਰਹੇ ਆ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੂਜਾ ਜੀ ਜਿਹੜਾ ਇਹ ਬੋਲੀਆਂ ਦਾ ਸ਼ੌਕ ਇਹ ਜਿਹੜਾ ਲੋਪੋ ਨਗਰ ਹੈ ਇਹਨੂੰ ਪੰਜ ਪੀੜੀ ਵੀ ਕਹਿੰਦੇ ਆ ਇਤਿਹਾਸਕ ਪਿੰਡ ਹੈ ਇਹਨੂੰ ਮੀਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਚਰਨਛੂਪ ਪ੍ਰਾਪਤ ਧਰਤੀ 7 ਦਿਨ ਇੱਥੇ ਰਹੇ ਵਡਾ ਰੌਣਕ ਮੇਲਾ ਕੀਤਾ ਹੂੰ ਜਿਨ੍ਹਾਂ ਦੇ ਨਾਲ 100 ਹੂੰ ਬੇਤਰੀਮ ਪੈਦਲ ਜਵਾਨ ਤੇ 200 ਘੋੜਸਵਾਰ ਸੀ ਹੂੰ ਲੋਪੋ ਨਗਰ ਨੂੰ ਹੂੰ ਉਹਨਾਂ ਦੇ ਆਉਣ ਤੇ ਹੂੰ ਐਨੀ ਖੁਸ਼ੀ ਕੀਤੀ ਹੂੰ ਤੇ ਇੰਨਾ ਸਿੱਖਾਂ ਨੂੰ ਸੰਭਾਲਿਆ ਹੂੰ ਘੋੜਿਆਂ ਨੂੰ ਦਾਣਾ ਹੂੰ ਸਿੰਘਾਂ ਨੂੰ ਦੁੱਧ ਜੋ ਵੀ ਕਿਸੇ ਦੇ ਘਰੇ ਕੋਈ ਚੀਜ਼ ਸੀ ਹੂੰ ਉਹ ਸਾਰੀ ਉੱਥੇ ਚੱਕ ਕੇ ਲੈ ਗਏ ਹਾਂਜੀ ਤੇ ਉਹਨਾਂ ਦੀ ਸੇਵਾ ਕੀਤੀ ਅੰਲੰਗਰ ਟੁੱਟ ਵਰਤਦੇ ਰਹੇ ਭੰਡਾਰੇ ਚੱਲੇ ਹੂੰ ਤੇ ਮੀਰੀ ਪੀਰੀ ਦੇ ਮਾਲਕਾਂ ਨੇ ਬੜੇ ਬਰਦਾਨ ਲੋਪੋ ਨਗਰੀ ਨੂੰ ਦਿੱਤੇ ਹਮ ਸਰੋਵਰ ਵੀ ਬਖਸ਼ਿਆ ਹਮ ਬਈ ਲਓ ਭਾਈ ਜੋ ਵੀ ਮਨੋ ਕਾਮਨਾ ਹਮ ਇਸ ਸਰੋਵਰ ਦੇ ਵਿੱਚੋਂ ਹਮ ਆਰਾਖ ਜਲ ਵਰਤੋਂ ਨਿਚਾ ਕਰਕੇ 40 ਦਿਨ ਇਸ਼ਨਾਨ ਕਰੋ ਹਮ ਤੇ ਮਨੋ ਕਾਮਨਾ ਹਰ ਪੁੱਤਰ ਵੀ ਪ੍ਰਾਪਤ ਹੋਣਗੇ ਔਰ ਹੋਰ ਵੀ ਕੋਈ ਮਨੋ ਕਾਮਨਾ ਉਹ ਪੂਰੀ ਹੋਊਗੀ ਜਣੀ ਤੀ ਕਿਉਂਕਿ ਗੁਰੂਆਂ ਦਾ ਬਹੁਤ ਵੱਡਾ ਅਸਥਾਨ ਹੈ ਜੇ ਦੇਖਿਆ ਜਾਵੇ ਤੁਸੀਂ ਉਸ ਥਾਂ ਨੂੰ ਦੇਖ ਕੇ ਜਦੋਂ ਉੱਥੇ ਜੋੜ ਮੇਲਾ ਲੱਗਦਾ ਸੀ ਤੇ ਤੁਹਾਡਾ ਮਨ ਕਰਦਾ ਸੀ ਵੀ ਆਪਾਂ ਜਿਹੜਾ ਹੈਗਾ ਵੀ ਆਪਾਂ ਵੀ ਇਹਨਾਂ ਵਾਂਗੂੰ ਗਾਈਏ ਆਪਾਂ ਵੀ ਲਿਖੀ ਹਾਂਜੀ ਜੇ ਦੇਖਿਆ ਜਾਵੇ ਪਰਿਵਾਰ ਜਾਂ ਹੋਰ ਜਿਹੜੇ ਲੋਕ ਸੀ ਤੁਹਾਡੇ ਸੰਗੀ ਸਾਥੀ ਸੀ ਉਹਨਾਂ ਵੱਲੋਂ ਕਿੰਨਾ ਕੁ ਸਹਯੋਗ ਮਿਲਦਾ ਸੀ ਕਿਉਂਕਿ ਕਈ ਵਾਰੀ ਹੁੰਦਾ ਜਿਹੜਾ ਆਪ ਜਿਹਨੂੰ ਆਉਂਦਾ ਨਹੀਂ ਉਹ ਦੂਜੇ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਦਾ ਪਿੰਡਾਂ 'ਚ ਜ਼ਿਆਦਾਤਰ ਆ ਹੀ ਹੁੰਦਾ ਹੈ ਅਗਲਾ ਕਹਿ ਦਿੰਦਾ ਹੈ ਵੀ ਤੁਹਾਡਾ ਡੈਡੀ ਬੋਲੀਆਂ ਪਾਉਂਦਾ ਹੈ ਗਾਉਂਦਾ ਹੈ ਬਾਪੂ ਨੂੰ ਵੀ ਕਹਿ ਦਿੰਦੇ ਹੋਣਗੇ ਵੀ ਤੁਹਾਡਾ ਜਿਹੜਾ ਮੁਖਤਿਆਰ ਸਿੰਘ ਆ ਇਹ ਬੋਲੀਆਂ ਪਾਉਂਦਾ ਹੈ ਇਹਨੂੰ ਰੋਕੋ ਕਿ ਜਿਆਦਾ ਸਜੋਗ ਮਿਲਦਾ ਸੀ ਲੋਕ ਕਹਿੰਦੇ ਚੰਗੀ ਗੱਲ ਆ ਤੁਸੀਂ ਬੋਲੀਆਂ ਪਾਇਆ ਕਰੋ ਕਵਿਤਾ ਗਾਇਆ ਕਰੋ ਸਜੋਗ ਮਿਲਿਆ ਕਿ ਜਿਆਦਾ ਲੋਕਾਂ ਨੇ ਨੁਕਤਾ ਚੀਨੀ ਕੀਤੀ ਇਹ ਜੀ ਐਂ ਗੱਲ ਆ ਹੂੰ ਜਿਹੜਾ ਤੱਕਰ ਵੱਲੋਂ ਹੂੰ ਸਾਡੇ ਬਾਪ ਹਾਂਜੀ ਸਾਡੇ ਬਾਪੂ ਜੀ ਹੂੰ ਸਰਦਾਰ ਮਹਿੰਦਰ ਸਿੰਘ ਹਾਂਜੀ ਉਹਨਾਂ ਨੂੰ ਵੀ ਸ਼ੌਕ ਸੀ ਬਾਬੇ ਤੋਂ ਬਾਪੂ ਬੋੜ ਕਰਤਾਰ ਸਿੰਘ ਬੋਲੀਆਂ ਦੇ ਬਾਦਸ਼ਾਹ ਉਹਨਾਂ ਨਾਲ ਜਾਂਦੇ ਵੀ ਸੀ ਤੇ ਬੋਲੀਆਂ ਸਿੱਖੀਆਂ ਵੀ ਉਹਨਾਂ ਤੋਂ ਪਹਿਲਾਂ ਤਾਂ ਸਾਨੂੰ ਸੰਯੋਗ ਵੀ ਮਿਲਿਆ ਤੇ ਸਾਨੂੰ ਬੋਲੀਆਂ ਸਿੱਖਣ ਦਾ ਮੌਕਾ ਵੀ ਉਹਨਾਂ ਨੇ ਸਾਨੂੰ ਸਿਖਾਈਆਂ ਕਵੀਸ਼ਰੀ ਵੀ ਉਹ ਜਾਣਦੇ ਸੀ ਲਿਖਦੇ ਵੀ ਸੀ ਤੇ ਅਸੀਂ ਵੀ ਗਾਂ ਲਗਨ ਲੱਗੀ ਦੂਜੇ ਨੰਬਰ ਤੇ ਮੀਰੀ ਪੀਰੀ ਵਾਲੇ ਦੇ مالک ਦੇ ਦੁਆਰੇ ਤੇ ਛੇਵੇਂ ਪਾਤਸ਼ਾਹ ਦੇ ਕਵੀਸ਼ਰ ਢਾਡੀ ਹਰ ਸਾਲ ਸਾਵਣ ਦੇ ਮਹੀਨੇ ਚ ਜੋੜ ਮੇਲੇ ਤੇ ਬਿਲਕੁਲ ਜੀ ਤਿੰਨ ਦਿਨ ਦਵਾਨ ਲੱਗਣੀ ਹਮ ਬੜੀਆਂ ਰੌਣਕਾਂ ਹਮ ਬੜੇ ਕਵੀਸ਼ਰ ਢਾਡੀ ਆਉਣੇ ਤੇ ਸਾਡਾ ਚਿਤ ਕਰਨਾ ਕਿ ਅਸੀਂ ਵੀ ਕਿਤੇ ਹਮ ਇਹੋ ਜਿਹਾ ਪ੍ਰੋਗਰਾਮ ਸੱਭਿਆਚਾਰਕ ਹਮ ਗਾਇਗੇ ਲੋਕਾਂ ਨੂੰ ਸੜਾਈਗੇ ਹਮ ਦੇ ਲੋਕ ਸਾਨੂੰ ਵੀ ਕਹਿਣ ਵੀ ਬਹੁਤ ਚੰਗਾ ਹੂੰ ਸਾਨੂੰ ਜੀ ਸਜੋਗ ਨਗਰ ਚੋਂ ਬਹੁਤ ਮਿਲਿਆ ਬਹੁਤ ਠੀਕ ਹਾਂ ਜਿਹੜੇ ਬੰਦੇ ਇਸ ਕੰਮ ਚ ਨਹੀਂ ਹੂੰ ਜਿਨ੍ਹਾਂ ਨੇ ਕਿਤੇ ਨਹੀਂ ਵੀ ਇਹ ਪ੍ਰੋਗਰਾਮ ਦੇਖਿਆ ਨਾ ਗਏ ਨਹੀਂ ਹੁੰਦੇ ਨਾ ਜਾਂਦੀ ਹੈ ਹੂੰ ਉਹ ਤਾਂ ਮਾੜਾ ਮੋਟਾ ਸਾਨੂੰ ਐਂ ਵੀ ਕਹਿੰਦੇ ਸੀ ਕਿਉਂ ਹੂੰ ਪਰ ਜਿਹੜੇ ਬੰਦੇ ਹੂੰ ਹੁਣ ਮੇਰੇ ਵੀਰ ਸਟੇਜਾਂ ਤੇ ਜਾਂਦੇ ਆ ਪ੍ਰੋਗਰਾਮ ਸੁਣਾਉਂਦੇ ਆ ਗਾਉਂਦੇ ਆ ਪਹਿਲੀ ਤਾਂ ਗੱਲ ਹੈ ਜੀ ਲੇਖ ਕੀ ਕਰਨੀ ਜਾਂ ਗਾਉਣਾ ਔਖਾ ਬਤ ਦੂਜਾ ਸਟੇਜ ਤੇ ਜਾ ਕੇ ਪਤਾ ਲੱਗਦਾ ਹੂੰ ਬਿੱਗ ਕਿਵੇਂ ਗਾਇਆ ਜਾਂਦਾ ਹੈ ਤੇ ਕਿਵੇਂ ਲੋਕਾਂ ਨੂੰ ਖੁਸ਼ ਕਰਿਆ ਜਾਂਦਾ ਹੈ ਇਹ ਜੀ ਬਹੁਤ ਵੱਡਾ ਇੱਕ ਤਰ੍ਹਾਂ ਦਾ ਨਾ ਹੂੰ ਬਹੁਤ ਵੱਡਾ ਕੰਮ ਹੈ ਸਿੱਖਣਾ ਲਿਖਣਾ ਗਾਉਣਾ ਲੋਕਾਂ ਨੂੰ ਭੂਮਿਕਾ ਬੰਨ ਕੇ ਮਨੋਰੰਜਨ ਖੁਸ਼ ਕਰਨਾ ਤੇ ਮਤਲਬ ਸੱਭਿਆਚਾਰਕ ਨੂੰ ਪਰਫੁੱਲਤ ਕਰਨਾ ਇਹ ਜੀ ਬਹੁਤ ਹੈ ਮੁਸ਼ਕਲ ਪਰ ਇਹਦੀ ਲਗਨ ਐ ਈ ਸੀ ਆ ਜੀ ਕਿ ਜਦੋਂ ਇਹਦੀ ਲਗਨ ਲੱਗ ਗਈ ਫਿਰ ਹਟਿਆ ਨਹੀਂ ਜਾਂਦਾ ਇਹ ਜੇ ਜੇ ਕਰਤਾਰ ਸਿੰਘ ਦੀ ਆਪਾਂ ਗੱਲ ਕਰੀਏ ਹਾਂਜੀ ਜਿਹੜੇ ਕਰਤਾਰ ਸਿੰਘ ਸੀ ਬਹੁਤ ਵਧੀਆ ਲਿਖਦੇ ਸੀ ਇਹ ਕਿੰਨੇ ਕ ਪੜੇ ਲਿਖੇ ਸੀ ਕਿਉਂਕਿ ਇਹਨਾਂ ਨੇ ਵੀ ਲੋਪੋ ਦਾ ਬਹੁਤ ਨਾਂ ਆ ਰੋਸ਼ਨ ਕੀਤਾ ਹੈ ਜਿਹੜੀਆਂ ਬੋਲੀਆਂ ਇਹਨਾਂ ਦੀਆਂ ਹਜੇ ਵੀ ਚਿੱਠੇ ਵੀ ਹੁਣ ਵੀ ਇੱਕ ਨੌਜਵਾਨ ਨੇ ਉਹਨਾਂ ਦੇ ਪਰਿਵਾਰ ਚੋਂ ਨਵੇਂ ਸਿਪਾਏ ਆ ਇਹਨਾਂ ਨੂੰ ਕਿਵੇਂ ਸ਼ੌਂਕ ਲੱਗਿਆ ਜਾਂ ਕਿੰਨੀਆਂ ਕ ਬੋਲੀਆਂ ਪਾਉਂਦੀ ਤੁਸੀਂ ਤਾਂ ਸੁਣ ਸੁਣਿਆ ਹੋਣਾ ਕਹਿੰਦੇ ਵੀ ਦੂਰੋਂ ਦੂਰੋਂ ਲੋਕ ਆਉਂਦੇ ਸੀ ਸਾਰੀ-ਸਾਰੀ ਰਾਤ ਬੈਠੇ ਰਹਿੰਦੇ ਸੀ ਹਾਂਜੀ ਇਹ ਜਿਹੜੇ ਬਾਪੂ ਕਰਤਾਰ ਸਿੰਘ ਬੋਲੀਆਂ ਦੇ ਬਾਦਸ਼ਾਹ ਹੂੰ ਤੇ ਕਵਤਾ ਦੇ ਵੀ ਬੋਲ ਇਹਨਾਂ ਨੇ ਮਤਲਬ ਗੁਰੂ ਧਾਰਨ ਕੀਤਾ ਬਹੁਤ ਚੰਗਾ ਮਹਾਪੁਰਸ਼ ਹੂੰ ਉਹ ਤੋਂ ਇਹਨਾਂ ਨੇ ਸਭ ਕੁ ਸਿੱਖਿਆ ਪਿੰਗਲ ਹੋਰ ਹੂੰ ਕਈ ਤਰ੍ਹਾਂ ਦਾ ਸਿੱਖ ਕੇ ਇਹਨਾਂ ਨੇ ਬੋਲੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਹੂੰ ਬੜਾ ਚੰਗੇ ਢੰਗ ਨਾਲ ਇਹਨਾਂ ਨੇ ਬਹੁਤ ਕਿੱਸੇ ਲਿਖੇ ਹੂੰ ਜਿਵੇਂ ਪੂਰਨ ਭਗਤ ਲੈ ਲਓ ਚਾਹ ਫੀਮ ਲੈ ਲਓ ਹੂੰ ਹੀਰ ਰਾਂਝਾ ਲੈ ਲਓ ਚਾਹ ਸਹਿਬਜ਼ਾਦੇ ਵੀ ਲਿਖੇ ਹੂੰ ਕਾਟ ਜੇ ਜਿਹੜਾ ਆਪਣਾ ਭਾਰਤ ਦਾ ਤੇ ਪਾਕਿਸਤਾਨ ਦਾ ਜੰਗ ਹੋਇਆ ਹੂੰ ਉਹ ਵੀ ਇਹਨਾਂ ਨੇ ਬੜਾ ਵਧੀਆ ਲਿਖਿਆ ਹੂੰ ਤੇ ਜਿਹੜਾ ਸੰਧ ਪੱਤਰ ਚ ਹੋਇਆ ਹੂੰ 71 ਪੱਤਰ ਚ ਉਹਦੇ ਚ ਵੀ ਜੀ ਇਹਨਾਂ ਨੇ ਜੰਗ ਦਾ ਬੜਾ ਲਿਖਿਆ ਕਮਾਲ ਕਰਤੀ ਹੂੰ ਸਨ 47 ਦੇ ਵਿੱਚ ਜਦੋਂ ਵੱਡ ਬੜਾਈ ਆਪਣੀ ਪਾਕਿਸਤਾਨ ਬਣਿਆ ਭਾਰਤ ਅੱਡ ਹੋਇਆ ਹੂੰ ਉਹਦਾ ਵੀ ਜੀ ਇਹਨਾਂ ਨੇ ਬਹੁਤ ਚੰਗਾ ਲਿਖਿਆ ਤੇ ਲੋਕਾਂ ਨੂੰ ਗਾਉਣ ਨੂੰ ਵੀ ਮਿਲਿਆ ਸੁਣਨ ਨੂੰ ਵੀ ਮਿਲਿਆ ਤੇ ਸੱਭਿਆਚਾਰ ਨੂੰ ਇਹਨਾਂ ਨੇ ਬਹੁਤ ਉੱਚਾ ਚੁੱਕਿਆ ਹੁਣ ਜੀ ਇਹਨਾਂ ਦੇ ਗਾਂ ਜੇ ਆਪਾਂ ਪਿੱਛੇ ਵੇਖੀਏ ਧਿਆਨ ਮਾਰ ਕੇ ਪਸ਼ੂਕੜ ਤੇ ਇਹ ਕਰਤਾਰ ਸਿੰਘ ਅਗਾਹ ਬਧੂ ਕਿਸਾਨ ਸੀ ਚੰਗੀ ਜਾਇਦਾਦ ਦਾ ਘਰਾਣਾ ਸੀ ਚੰਗੇ ਮਾਲਕ ਸੀ ਇਹਨਾਂ ਦੇ ਮਤਲਬ ਪੰਜ ਵੇਟਗਾ ਸੀ ਲਟਕਾ ਇਹਨਾਂ ਦੇ ਹੈ ਨਹੀਂ ਹੂੰ ਇਹਨਾਂ ਨੂੰ ਜੀ ਇੱਕ ਲਟਕਾ ਮਹਾਰਾਜ ਨੇ ਦਿੱਤਾ ਹੂੰ ਪਰ ਹੋ ਰਿਆ ਨਾ ਅਜੀ ਇਹਨਾਂ ਨੂੰ ਬਰਾਗ ਹੋ ਗਿਆ ਹੂੰ ਤੇ ਬੜਾ ਬਰਾਗ ਦੇ ਵਿੱਚ ਫਿਰ ਇਹਨਾਂ ਨੇ ਹੂੰ ਪੂਰਨ ਭਗਤ ਦਾ ਕਿੱਸਾ ਲਿਖਿਆ ਹੂੰ ਜਿਹਦੇ ਵਿੱਚੋਂ ਜੀ ਹੂੰ ਇੱਕ ਪੁੱਤਰ ਦਾ ਬਰਾਗ ਐਸਾ ਹੁੰਦਾ ਫਿਰ ਇਹਨਾਂ ਨੇ ਪੁੱਤਰ ਦੀ ਬੋਲੀ ਲਿਖੀ ਹੂੰ ਉਹ ਜੀ ਮੈਂ ਤੁਹਾਨੂੰ ਸੁਣਾਉ ਜੇ ਹਾਂ ਜੀ ਉਹ ਜੀ ਬੋਲੀ ਹੂੰ ਮਤਲਬ ਪੁੱਤਰ ਦੇ ਬਰਾਗ ਚ ਲਿਖੀ ਆ ਹੂੰ ਪੂਰਨ ਦੇ ਵਿੱਚੋਂ ਹਮ ਜਸ ਟਾਈਮ ਤੇ ਹਮ ਮਤਲਬ ਪੂਰਨ ਦੁਬਾਰੇ ਹਮ ਬਾਗ ਵਿੱਚ ਆ ਕੇ ਬਹਿ ਗਿਆ ਹਮ ਤੇ ਰਾਜਾ ਸਲਵਾਨ ਹਮ ਉਸੇ ਸਲਵਾਨ ਨੇ ਪੂਰਨ ਨੂੰ ਮਰਵਾਇਆ ਸੀ ਹਮ ਨੂਣਾ ਮਤਰਈ ਸੀ ਉਹਦੀ ਹਮ ਉਹਦੇ ਅੱਖੇ ਲੱਗ ਕੇ ਉਹੋ ਹੀ ਉੱਥੋਂ ਪੁੱਤਰ ਦੀ ਦਾਤ ਮੰਗਣ ਜਾਂਦੇ ਆ ਹਮ ਉੱਥੋਂ ਫਿਰ ਕਰਤਾਰ ਸਿੰਘ ਨੇ ਬੋਲੀ ਲਿਖੀ ਆਪ ਨੂੰ ਵੀ ਬਰਾਗ ਸੀ ਪੁੱਤਰ ਦੀ ਬੋਲੀ ਉਹ ਤੁਹਾਨੂੰ ਜੀ ਮੈਂ ਸੁਣਾਉਣਾ ਵੀ ਕਿਹਸੀ ਐ ਕਿ ਪੁੱਤਰ ਦੀ ਪ੍ਰਾਪਤੀ ਵਾਸਤੇ ਚਾਹੀਦਾ ਤੇ ਕੀ ਕੀ ਕੁਛ ਦੁਨੀਆ ਤੇ ਹੁੰਦਾ ਉਹ ਗਰਜ ਪੁੱਤਰ ਦੀ ਬੜੀ ਵੀਰ ਨੂੰ ਲੱਗੇ ਜਗਤ ਨੂੰ ਪਿਆਰੀ ਗਰਜ ਪੁੱਤਰ ਦੀ ਬੜੀ ਵੀਰ ਨੂੰ ਲੱਗੇ ਜਗਤ ਨੂੰ ਪਿਆਰੀ ਇਸ ਗਰਜ ਨੇ ਪੱਟੀ ਦੁਨੀਆ ਐਂਦ ਬਣਾਤੀ ਧਾਰੀ ਇਸ ਗਰਜ ਨੇ ਪੱਟੇ ਸਾਧੂ ਜਾਂਦੇ ਆ ਨਾਮ ਚਤਾਰੀ ਇਸ ਗਰਜ ਨੇ ਪਟੜੀ ਨੂੰ ਨਾ ਜਾਂਦੀ ਜਵਾਨੋ ਹਾਰੀ ਇਸ ਗਰਜ ਨੇ ਪਟਿਆ ਕਰਤਾਰਾ ਹਾਂਜੀ ਇਸ ਗਰਜ ਨੇ ਪਟਿਆ ਕਰਤਾਰਾ ਜੀ ਨੇ ਲੜੀ ਬਣਾਤੀ ਸਾਰੀ ਉਹ ਪੁੱਤਰਾ ਦੀ ਗਰਜ ਬੜੀ ਆ ਦੁਨੀਆ ਭਾਲਦੀ ਸਾਰੀ ਉਹ ਪੁੱਤਰਾ ਦੀ ਗਰਜ ਬੜੀ ਵੀ ਪੁੱਤਰਾ ਦਾ ਇੱਕ ਅਜੀਹ ਹੈ ਹਰ ਇੱਕ ਚਾਹੁੰਦਾ ਵੀ ਪੁੱਤਰ ਹੋਵੇ ਵੰਸ ਵਧੇ ਹਾਂਜੀ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਭਰਾਗ ਹੈ ਹਾਂਜੀ ਅੱਛੇ ਉਹਦੇ ਉਦੋਂ ਬਾਅਦ ਦੇ ਵਿੱਚ ਲਿਖਣ ਲੱਗੇ ਫਿਰ ਇਹਨਾਂ ਦੇ ਕਰਤਾਰ ਸਿੰਘ ਦੇ ਕੋਈ ਬੱਚਾ ਹਾਂਜੀ ਫਿਰ ਜੀ ਗਾਂਹ ਫਿਰ ਮਹਾਰਾਣੀ ਨੇ ਹੂੰ ਇਹਨਾਂ ਨੂੰ ਬਰਾਗ ਚ ਹੋਇਆ ਦੇਖ ਕੇ ਲਾ ਲਓ ਜੀ ਹੂੰ ਭਗਵਾਨ ਖੁਸ਼ ਹੋ ਗਏ ਹੂੰ ਉਹਨਾਂ ਨੇ ਫਿਰ ਪੰਜਾਂ ਬੇਟੀਆਂ ਤੋਂ ਬਾਅਦ ਹੂੰ ਇੱਕ ਇਹਨਾਂ ਦਾ ਲੜਕਾ ਜੀ ਫਿਰ ਜੀ ਨੂੰ ਪੂਰਨ ਸਿੰਘ ਹੀ ਇਹਨੇ ਉਹਦਾ ਨਾਂ ਵੀ ਪੂਰਨ ਹੀ ਰੱਖਿਆ ਅੱਛਾ ਜੀ ਫਿਰ ਉਹਨੂੰ ਸਾਡੇ ਜੀ ਲੋਕ ਪਿਆਰ ਨਾਲ ਬਾਵਾ ਵੀ ਕਹਿ ਦਿੰਦੇ ਆ ਹੂੰ ਤੇ ਉਹ ਫਿਰ ਗਾਂਹ ਹੂੰ ਜਿਹੜਾ ਪੂਰਨ ਸਿੰਘ ਸੀ ਹਾਂਜੀ ਉਹਦੇ ਫਿਰ ਜੀ ਗਾਂਹ ਮਹਾਰਾਣੀ ਨੇ ਤਿੰਨ ਬੇਟੇ ਦਿੱਤੇ ਅੱਛਾ ਜੀ ਜਿਨ੍ਹਾਂ ਦੇ ਵਿੱਚੋਂ ਮਤਲਬ ਛੋਟਾ ਲੜਕਾ ਬਾਰ ਵਿਦੇਸ਼ ਚ ਕੈਨੇਡਾ ਚ ਰਹਿ ਰਿਹਾ ਜੀ ਹੂੰ ਤੇ ਜੋ ਵਿਚਾਲੜਾ ਲੜਕਾ ਗਰਦੀਪ ਸਿੰਘ ਹੈ ਨਾ ਉਹ ਬੜਾ ਗਾਂਹ ਬਧੂ ਕਿਸਾਨ ਵੀ ਆ ਲੇਖਕ ਵੀ ਆ ਤੇ ਉਹ ਮਤਲਬ ਲਾਇਬ੍ਰੇਰੀਆਂ ਦੇ ਵਿੱਚ ਪ੍ਰਧਾਨ ਵੀ ਆ ਲੋਕੋ ਦੀ ਲਾਇਬ੍ਰੇਰੀ ਦੇ ਵਿੱਚ ਹੂੰ ਲਿਖਦਾ ਵੀ ਆ ਉਹਨੇ ਫਿਰ ਜੀ ਦੁਬਾਰਾ ਹੂੰ ਜੋ ਇਹਨਾਂ ਦਾ ਪੁਰਾਣਾ ਇਤਿਹਾਸਕ ਕਿੱਸਾ ਸੀ ਹੂੰ ਉਹਨਾਂ ਨੂੰ ਇਕੱਤਰ ਕਰਕੇ ਦਾਸ ਨੇ ਵੀ ਜੀ ਉਹਦੇ ਵਿੱਚ ਹਾਜ਼ਰੀ ਦਿੱਤੀ ਹੂੰ ਤੇ ਅਸੀਂ ਕਈਆਂ ਜਾਣੇ ਨੇ ਇਕੱਤਰ ਹੋ ਕੇ ਉਹਨੂੰ ਇਕੱਠੇ ਕੀਤਾ ਹਮ ਇਕੱਠੇ ਕਰਕੇ ਫਿਰ ਚੰਡੀਗੜ੍ਹ ਜਾ ਕੇ ਜੀ ਅਸੀਂ ਤਕਰੀਬਨ ਕਿਤਾਬ ਛਪਾਈ ਜਿਹੜੀ ਬਾਪੂ ਕਰਤਾਰੀ ਦੀਆਂ ਬੋਲੀਆਂ ਦੀ ਕਿਤਾਬ ਉਹ ਦੁਆਰੇ ਛਪਾਈ ਹੈ ਛਪਾਈ ਜੀ ਅੱਛਾ ਜੀ ਹਾਂ ਜੀ ਉਹ ਉਹ ਹੁਣ ਇਹ ਜੇ ਸਟਾਲਾਂ ਦੇ ਉੱਤੋਂ ਮਿਲਦੀ ਹੋਊਗੀ ਹਾਂ ਜੀ ਉਹ ਜੀ ਜਿਵੇਂ ਲੋਪੋ ਦੀ ਲਾਇਬ੍ਰੇਰੀ ਹਮ ਤਕਰੀਬਨ ਉਹਦੇ ਤੋਂ ਵੀ ਮਿਲ ਜਾਂਦੀ ਹੈ ਹਮ ਜਾਂ ਜੀ ਜਿਵੇਂ ਗੁਰਦੀਪ ਸਿੰਘ ਹਾਂ ਉਹਦੇ ਘਰੋਂ ਵੀ ਮਿਲ ਜਾਂਦੀ ਐ ਇੱਕ ਜੀ ਖਾਈ ਪਿੰਡ ਦਾ ਪ੍ਰੋਫੈਸਰ ਆ ਗੁਰਦੇਵ ਸਿੰਘ ਅੱਛਾ ਜੀ ਉਹਨੇ ਸਾਨੂੰ ਬੜਾ ਸਹਯੋਗ ਦਿੱਤਾ ਉਹ ਕਹਿੰਦਾ ਵੀ ਪੁਰਾਣੀ ਵਿਰਾਸਤ ਨੂੰ ਆਪਾਂ ਜਰੂਰ ਪਰਫਲੈਕਸਰ ਆ ਗੁਰਦੇਵ ਸਿੰਘ ਅੱਛਾ ਜੀ ਉਹਨੇ ਸਾਨੂੰ ਬੜਾ ਸਹਯੋਗ ਦਿੱਤਾ ਉਹ ਕਹਿੰਦਾ ਵੀ ਪੁਰਾਣੀ ਵਿਰਾਸਤ ਨੂੰ ਆਪਾਂ ਜਰੂਰ ਪਰਫਲੈਕਸਰ ਵੀ ਕਰਨਾ ਤੇ ਸੱਭਿਆਚਾਰ ਦੇ ਵਿੱਚ ਜ਼ਰੂਰੀ ਰੱਖਣ ਦੀ ਲੋੜ ਐ ਆਪਾਂ ਇਹਨੂੰ ਜਿਹੜੀਆਂ ਲਾਇਬ੍ਰੇਰੀਆਂ ਉਹਦੇ ਵਿੱਚ ਵੀ ਰੱਖਾਂਗੇ ਉਹ ਜੀ ਕਿਤਾਬ ਉਹ ਜਿੱਥੋਂ ਵੀ ਲਾਉ ਮਿਰਚ ਆ ਮੈਂ ਦਰਸ਼ਕਾਂ ਨੂੰ ਇੱਥੇ ਦੱਸ ਦੇਵਾਂ ਕਿ ਗੁਰਦੀਪ ਸਿੰਘ ਬਹੁਤ ਵਧੀਆ ਸਹਿਤਕਾਰ ਨੇ ਅਸੀਂ ਉਹਨਾਂ ਨਾਲ ਵੀ ਇਸ ਦੂਬਾਰ ਦੇ ਵਿੱਚ ਜਲਦੀ ਤੁਹਾਡੀ ਗੱਲਬਾਤ ਕਰਾਵਾਂਗੇ ਕਿਉਂਕਿ ਸਿਹਤ ਕ ਲੋਕਾਂ ਨਾਲ ਵੀ ਗੱਲਬਾਤ ਕਰਨੀ ਜ਼ਰੂਰੀ ਹੁੰਦੀ ਉਹਨਾਂ ਦੇ ਆਮੇ ਅਖਬਾਰਾਂ ਦੇ ਉੱਤੇ ਵੀ ਲੇਖ ਜਿਹੜੇ ਗੁਰਦੀਪ ਲੋਪੋ ਦੇ ਨਾਂ ਦੇ ਉੱਤੇ ਲੱਗਦੇ ਰਹਿੰਦੇ ਨੇ ਬਹੁਤ ਹੀ ਜਿੱਥੇ ਨਰਮ ਸੁਭਾਅ ਦੇ ਨੇ ਉੱਤੇ ਬਹੁਤ ਵਧੀਆ ਲਿਖਦੇ ਨੇ ਕਿਉਂਕਿ ਉਹਨਾਂ ਦੇ ਖਾਨਦਾਨ ਦੇ ਵਿੱਚ ਲਾ ਲੋ ਬਜ਼ੁਰਗਾਂ ਵਾਲੀ ਕਲਮ ਨੂੰ ਗੁਰਦੀਪ ਸਿੰਘ ਨੇ ਦੁਬਾਰੇ ਚੱਕ ਲਿਆ ਹੁਣ ਜੇ ਗੱਲ ਕਰ ਗਏ ਜੀ ਆਪਾਂ ਜਿਹੜੀਆਂ ਤੁਸੀਂ ਕਿ ਬੋਲੀਆਂ ਕਿਵਤਾਵਾਂ ਗੀਤ ਫਿਰ ਇਕੱਲੇ ਗਾਉਂਦੇ ਸੀ ਕਿ ਨਾਲ ਸਾਥੀ ਲਾ ਕੇ ਵੀ ਗਾਉਂਦੇ ਸੀ ਪਰ ਕਿਹੇ ਜਿਹੇ ਟਾਈਮ ਤੇ ਜਿਆਦਾ ਵਿਆਹ ਸਾਧੀਆਂ ਚ ਜਾਂ ਜਿਵੇਂ ਅੱਗੇ ਲੋੜੀ ਲੋੜੀ ਤੇ ਲੋਕੀ ਜਿਆਦਾ ਗਾਉਂਦੇ ਕਿਹੇ ਜਿਹੇ ਥਾਂ ਤੇ ਗਾਉਂਦੇ ਸੀ ਜਹਦੇ ਇਹ ਜੀ ਜਿਹੜਾ ਪ੍ਰੋਗਰਾਮ ਨਾ ਬੋਲੀਆਂ ਹੂੰ ਇਹ ਜੀ ਆਮ ਤਕਰੀਬਨ ਜਿਵੇਂ ਮੇਲੇ ਹੂੰ ਆਪਣੇ ਨੇੜੇ ਦਾ ਮੇਲਾ ਤਖਤੂਪੁਰਾ ਬੜਾ ਮਸ਼ਹੂਰ ਸੀ ਹੂੰ ਮੇਲੇ ਤਾਂ ਹੋਰ ਵੀ ਜਿਹੜੇ ਬਰਾਬਰ ਦਾ ਲੋੜੀ ਦਾ ਮੇਲਾ ਮਾਗੀ ਦਾ ਮੇਲਾ ਮੁਕਤ ਸਰਬੀ ਮੁਕਤ ਹੋਰ ਆਪਣੇ ਨੇੜੇ-ਤੇੜੇ ਮੇਲੇ ਬਹੁਤ ਲੱਗ ਹ ਇਹਦੇ ਵਿੱਚ ਜਿਆਦਾ ਤਖਤੂਪੁਰਾ ਸਾਡੇ ਨੇੜੇ ਸੀ ਤੇ ਫਿਰ ਉਹਦੇ ਤੇ ਜਾ ਕੇ ਤਿੰਨ-ਤਿੰਨ ਦਿਨ ਚਾਰ-ਚਾਰ ਦਿਨ ਬੋਲਣਾ ਪਉਣਗਾ ਹੂੰ ਉਹ ਤੋਂ ਇਲਾਵਾ ਜਿਵੇਂ ਕਿਸੇ ਦੇ ਲੋੜੀ ਹੈ ਫਿਰ ਸਾਨੂੰ ਕਈਆਂ ਨੇ ਕਹਿਣਾ ਵੀ ਆਪਾਂ ਦੋ ਘੰਟੇ ਬਹੁਤ ਵੱਡੀ ਖੁਸ਼ੀ ਮਨਾਉਣੀ ਆ ਤੇ ਜਰੂਰ ਗਿੱਧੇ ਦੇ ਵਿੱਚ ਹਾਜ਼ਰੀ ਦਿਓ ਜੇ ਇੱਥੇ ਮੈਂ ਗੱਲ ਕਰਨ ਲੱਗਾ ਹਾਂ ਵੀ ਹੁਣ ਦੀ ਗੱਲ ਦੇਖੀਏ ਉਹੀ ਤਕਤੂ ਪੁਰਾਏ ਸਹਿਬਾ ਮੇਲਾ ਹੁਣ ਜੇ ਦੇਖੀਏ ਬਦਲ ਨਹੀਂ ਗਿਆ ਕੰਮ ਜਿਵੇਂ ਪਹਿਲਾਂ ਲੋਕੀ ਸੀ ਹੁਣ ਤਾਂ ਜੇ ਥੋੜਾ ਜਿਹਾ ਟਾਈਮ ਇਕੱਠੇ ਹੋ ਜਾਣ ਜਾਂ ਤਾਂ ਲੜ ਪੈਂਦੇ ਆ ਜਾਂ ਹੋਰ ਤਰ੍ਹਾਂ ਦੇ ਨਸ਼ੇ ਜਾਂਦੇ ਚੱਲ ਪਏ ਆ ਉਦੋਂ ਲੋਕੀ ਬੈਂਦੇ ਸੀ ਇਹ ਜੇ ਪ੍ਰੋਗਰਾਮ ਇਕੱਠੇ ਮਿਲ ਕੇ ਕਰਦੇ ਸੀ ਉਹ ਜੀ ਗੱਲ ਆ ਵਾਂ ਜੀ ਜਿਹੜੀ ਹੁਣ ਦੀ ਮਤਲਬ ਦੁਨਿਆਵੀ ਆ ਜਾਂ ਦੁਨੀਆ ਲਾਲੋ ਇਹ ਕੋਸੇ ਰੰਗ ਢੰਗ ਬਦਲ ਗਿਆ ਹੂੰ ਕੁਝ ਤਾਂ ਲੋਕਾਂ ਦੇ ਵਿੱਚ ਜੀ ਪਿਆਰ ਘਟ ਗਿਆ ਬਿਲਕੁਲ ਕੰਮਕਾਰ ਦੇ ਵਿੱਚ ਖਿਜੇ ਰਹਿਣਾ ਹਾਂ ਜਾਂ ਜਿਆਦਾ ਕੋਈ ਹੋਰ ਕਈ ਤਰ੍ਹਾਂ ਦੇ ਦਿਲ ਚੋਂ ਉਤਸ਼ਾਹ ਨਹੀਂ ਉਹਨਾਂ ਦੇ ਹੈ ਹਾਂ ਅੱਗੇ ਲੋਕਾਂ ਦੇ ਵਿੱਚ ਪਿਆਰ ਬਹੁਤ ਸੀ ਹਾਂ ਮੇਲਿਆਂ ਤੇ ਜਾਣਾ ਇਕੱਤਰ ਰਹਿਣਾ ਪਿਆਰ ਰੱਖਣਾ ਕਿਸੇ ਨਾਲ ਲੜਨਾ ਨਹੀਂ ਸੰਜੋਗ ਦੇਣਾ ਹਾਂ ਸਾਰਿਆਂ ਨੇ ਕਹਿਣਾ ਕਿ ਮੈਂ ਇਹ ਤੋਂ ਵੱਧ ਕੇ ਸਿੱਖਾਂ ਹਾਂ ਦੂਜੇ ਤੋਂ ਮੈਂ ਅੱਗੇ ਵਧਾਂ ਹਾਂ ਹੁਣ ਜੀ ਕੁਛ ਤਾਂ ਦੁਨਿਆਵੀ ਜੀ ਨਹੀਂ ਕਰਦਾ ਜੀ ਕਹਿਣ ਨੂੰ ਹਾਂ ਕੁਝ ਹੋਰ ਕੋਈ ਆ ਬੁਰੇ ਜੇ ਨਸ਼ਿਆਂ ਚ ਵੀ ਹਾਂ ਇੱਕ ਜੇ ਦੇਖ ਕੇ ਹੁਣ ਜਿਵੇਂ ਤੁਸੀਂ ਕਿਹਾ ਵੀ ਅੱਗੇ ਲੋੜੀ ਹੁੰਦੀ ਸੀ ਵਿਆਹ ਹੁੰਦੇ ਸੀ ਜਾਗੋ ਕੱਢਦੇ ਸੀ ਤੇ ਬੋਲੀਆਂ ਪਾਉਂਦੇ ਸੀ ਹਾਂਜੀ ਪਰ ਹੁਣ ਆ ਡੀਜੇ ਲੱਗ ਜਾਂਦੇ ਨੇ ਗੀਤ ਹੀ ਇਹੋ ਜੇ বাজਦੇ ਆ ਉੱਥੇ ਸਿਆਣਾ ਬੰਦਾ ਤਾਂ ਖੜ੍ਹੀ ਨਹੀਂ ਸਕਦਾ ਬਹਿ ਨਹੀਂ ਸਕਦਾ ਕੋਲੇ ਇਹੋ ਜੇ ਗੀਤ ਪਵਾ ਦਿੰਦੇ ਆ ਫਿਰ ਉੱਥੇ ਗੀਤ ਲਾਏ ਜਾਂਦੇ ਹਥਿਆਰਾਂ ਵਾਲੇ ਫੈਰ ਕੱਢਦੇ ਆ ਬਹੁਤ ਥਾਵਾਂ ਦੇ ਉੱਤੇ ਜੇ ਦੇਖੀਏ ਨੌਜਵਾਨਾਂ ਦੇ ਵਿਆਹ ਸੀ ਤੇ ਉੱਥੇ ਮੌਤਾਂ ਹੋਊਗਾ ਗੋਲੀਆਂ ਚਲਾ ਦਿੱਤੀਆਂ ਇਹ ਰੁਝਾਨ ਨੂੰ ਕਿਵੇਂ ਦੇਖਦੇ ਆ ਇਹ ਜੀ ਗੱਲ ਐ ਆ ਇਹ ਜੇ ਦੇਖਿਆ ਜਾਵੇ ਹੂੰ ਤਾਂ ਹੁਣ ਵੀ ਜੀ ਕਈ ਤਾਂ ਜਿਹੜੇ ਸਿਆਣੇ ਬੰਦੇ ਆ ਹੂੰ ਉਹ ਜੀ ਡੀਜੇ ਦਾ ਇਸਤੇਮਾਲ ਬਹੁਤ ਘੱਟ ਕਰਦੇ ਆ ਉਹ ਸਾਨੂੰ ਬੁਲਾ ਲੈਂਦੇ ਆ ਹੂੰ ਕਹਿ ਦਿੰਦੇ ਆ ਜਿਵੇਂ ਜੀ ਆਪਣੇ ਤੁਸੀਂ ਲਾ ਲਓ ਜੀ ਹੂੰ ਤੁਹਾਡੇ ਪਿੱਛੇ ਜੀ ਹਾਂਜੀ ਆਪਣੇ ਮਰਖਾ ਸਿੰਘ ਤੁਹਾਡੇ ਚਾਚੇ ਦੇ ਲੜਕੇ ਦੀ ਸ਼ਾਦੀ ਸੀ ਹੂੰ ਚਲੋ ਆਪਾਂ ਵੀ ਸਕੀ ਹਾਂ ਹੂੰ ਤੇ ਸਾਨੂੰ ਇੱਕ ਮਹੀਨਾ ਅਗੋਂ ਕਹਿਣ ਲੱਗੇ ਹੂੰ ਬਈ ਜੀ ਉਹਨੇ ਮੈਨੂੰ ਕਹਿ ਤਾਇਆ ਜੀ ਹੂੰ ਅਭੀ ਆਪਾਂ ਬੋਲੀਆਂ ਦਾ ਰੰਗ ਬੰਨਣਾ। ਬੀਹਾ ਬੀਵਿਆ ਤੇ ਬੋਲੀਆਂ ਪਾਉਣੇ। ਹੂੰ ਤੇ ਅਸੀਂ ਜੀ ਫਿਰ ਤਿਆਰੀ ਕੀਤੀ। ਹੂੰ ਤੇ ਤੁਸੀਂ ਦੇਖ ਲਓ ਵੀ ਜਦੋਂ ਜਾਗੋ ਹੂੰ ਚਲਾਈ ਨਾਨਕਿਆਂ ਦੇ ਰੰਗ ਬੰਨੇ ਆ। ਹੂੰ ਤੇ ਬਾਅਦ ਚ ਸਾਨੂੰ ਵੀ ਟਾਈਮ ਮਿਲਿਆ ਜੀ। ਹੂੰ ਫਿਰ ਨਾਨਕੇ ਇੱਕ ਪਾਸੇ ਹੋ ਗਏ। ਹੂੰ ਦਾਦਕੇ ਇੱਕ ਪਾਸੇ ਹੋ ਗਏ। ਹੂੰ ਅਸੀਂ ਵਧੀਆ ਬੋਲੀਆਂ ਪਾਈਆਂ। ਹੂੰ ਪਰਿਵਾਰਕਾ ਦੇਖਣ ਨੂੰ DJ ਬੰਦ। ਹੂੰ ਚਲੋ ਜੀ ਦਾਸ ਨੂੰ ਵੀ ਟਾਈਮ ਮਿਲਿਆ ਹਮ ਕੁਸ ਮੈਂ ਵੀ ਸੇਵਾ ਕੀਤੀ ਮੈਂ ਕਿ ਮੈਨੂੰ ਫੜਾਤਾ ਤੇ ਮੈਂ ਵੀ ਜੀ ਸੇਵਾ ਕਰੀ ਬਹੁਤ ਵੱਡਾ ਰੰਗ ਬੰਨੇ ਹਮ ਤੇ ਕੋਈ ਨਹੀਂ ਕਿਸੇ ਨੇ ਕਿਹਾ ਵੀ ਡੀਜੇ ਲੱਗਣ ਸਾਰੇ ਕਹਿੰਦੇ ਸੀ ਇਹ ਪ੍ਰੋਗਰਾਮ ਬੰਦ ਕਰ ਦਿਓ ਡੀਜੇ ਡੀਜੇ ਬੰਦ ਕਰ ਦਿਓ ਤੇ ਅਸੀਂ ਜੀ ਬਹੁਤ ਉਸੇ ਦਿਨੀ ਕਈ ਲੋਕਾਂ ਨੇ ਦੇਖਿਆ ਤੇ ਉਹਦੇ ਸਾਨੂੰ ਉਹਨਾਂ ਨੇ ਕਿਹਾ ਵੀ ਮਖਤਿਆਰ ਸਿੰਘ ਦੀ ਇੱਕ ਇੰਟਰਵਿਊ ਕਰੋ ਵੀ ਯਾਦਗਾਰ ਰਹਿ ਜੂ ਵੀ ਪਤਾ ਲੱਗਦਾ ਰਹਿੰਦਾ ਬਾਅਦ ਦੇ ਵਿੱਚ ਵੀ ਲੋਕੀ ਦੇਖਦੇ ਰਹਿੰਦੇ ਨੇ ਕਿ ਜਿਹੜੇ ਪੁਰਾਣੇ ਪ੍ਰੋਗਰਾਮ ਕਿਹਦੇ ਕਿਉਂਕਿ ਜਿਹੜੇ ਹੁਣ ਦੀ ਨੌਜਵਾਨ ਪੀੜ੍ਹੀ ਹੁਣ ਨਵੇਂ ਜਨਰੇਸ਼ਨ ਨੇ ਉੱਠਣਾ ਉਹਨਾਂ ਨੇ ਤਾਂ ਸਿਰਫ ਇੰਟਰਵਿਊਆਂ 'ਚ ਸੁਣਿਆ ਕਰਨਾ ਜਾਂ ਪੜ੍ਹਿਆ ਕਰਨਗੇ ਕਿ ਜਾਗੂ ਕਿਵੇਂ ਨਿਕਲਦੀ ਸੀ ਮੱਗੀ ਦੇ ਉੱਤੇ ਕਿਵੇਂ ਕੱਟ ਹੁੰਦਾ ਸੀ ਲੋਹੜੀ ਕਿਵੇਂ ਮਨਾਈ ਜਾਂਦੀ ਸੀ ਕਿਉਂਕਿ ਹੁਣ ਤਾਂ ਤੁਹਾਨੂੰ ਦੱਸਿਆ ਵੀ ਜ਼ਬਾਨਾ ਬਦਲ ਚੱਲਿਆ ਬਦਲ ਗਿਆ ਜੀ ਬਹੁਤ ਬਦਲ ਗਿਆ ਜੇ ਜੀ ਇਹਨਾਂ ਗੱਲਾਂ ਲਈ ਧਿਆਨ ਮਾਰ ਕੇ ਜੇ ਤਾਂ ਆਪਾਂ ਵਧੀਆ ਹੂੰ ਮਤਲਬ ਜ਼ਿੰਦਗੀ ਦਾ ਜਿਉਣਾ ਚਾਹੁੰਦੇ ਹੂੰ ਤਾਂ ਪਿਛਲੀ ਬਰਾਸਤ ਨੂੰ ਆਪਾਂ ਭੁੱਲ ਗਏ ਨਾ ਉਹਨੂੰ ਸੰਭਲੀਏ ਉਹਨੂੰ ਸੰਭਲ ਗਏ ਉਹਨੂੰ ਪਿਆਰ ਨਾਲ ਰੱਖ ਗਏ ਹਮ ਕੱਤਰ ਹੋ ਕੇ ਬੈਠ ਗਏ ਹਮ ਵਿਆਹਾਂ ਸ਼ਾਦੀਆਂ ਚ ਖੁਸ਼ੀ ਮਨਾਈ ਗਏ ਹਮ ਜਾਗੋ ਤੇ ਜਾਂ ਜੀ ਕਿਸੇ ਦੇ ਲੋਹੜੀ ਤੇ ਹਮ ਤੇ ਉਹ ਜੀ ਸਾਨੂੰ ਬਹੁਤ ਤਾਂ ਜਿਹੜੇ ਪਿਆਰੇ ਸੰਜੋਗੀ ਆ ਹਮ ਉਹ ਤਾਂ ਸਾਨੂੰ ਕਹਿੰਦੇ ਜੀ ਆਓ ਰੰਗ ਭੰਨੂ ਬੋਲੀਆਂ ਪਾਓ ਹਮ ਤੇ ਦਾਸ ਵੀ ਹਾਜ਼ਰੀ ਭਰ ਦਿੰਦਾ ਹਮ ਤੇ ਚਿੱਤ ਵੀ ਬਹੁਤ ਖੁਸ਼ ਹੁੰਦਾ ਜੀ ਹਮ ਉਹ ਤਾਂ ਜੀ ਚਲੋ ਉਮਰ ਵੱਡੀ ਹੋ ਗਈ ਹਮ ਤੇ ਫੇਰ ਸਾਡੇ ਜੀ ਆਏ ਨਹੀਂ ਕੋਈ ਪਰਿਵਾਰ ਦੇ ਵਿੱਚੋਂ ਸਾਨੂੰ ਕੋਈ ਨਹੀਂ ਕੁਝ ਕਹਿੰਦਾ ਵੀ ਤੁਸੀਂ ਕਿਉਂ ਉਹ ਤਾਂ ਕਹਿੰਦੇ ਵੀ ਬਹੁਤ ਵਧੀਆ ਕਿਉਂਕਿ ਤੁਸੀਂ ਕਿਹੜਾ ਕੋਈ ਇਹ ਜਗਾਉਂਦੇ ਆ ਵੀ ਜਿਹੜਾ ਪਰਿਵਾਰ 'ਚ ਨਾ ਬਹਿ ਕੇ ਉਹ ਗਾਉਂਦੇ ਆ ਜਿਹੜਾ ਪਰਿਵਾਰ 'ਚ ਬਹਿ ਕੇ ਸੌਂਸ ਗਿਆ ਸਮਾਂ ਦੀ ਚੰਗਾ ਜਿੱਥੇ ਜਿਹੜੀ ਵੀਡੀਓ ਬਣਦੀ ਆ ਉਹ ਸਿਆਣੇ ਬਜ਼ੁਰਗ ਨਹੀਂ ਦੇਖ ਸਕਦੇ ਤੇ ਜੇ ਡੀਜੇ ਬੰਦ ਹੋਣਗੇ ਤਾਂ ਸਿਆਣੇ ਵੀ ਦੇਖ ਸਕਦੇ ਹਾਂਜੀ ਇਹਦੇ 'ਚ ਬੜਾ ਰੌਲਾ ਰੱਪਾ ਨਹੀਂ ਪੈਂਦਾ ਬਹੁਤ ਫਰਕ ਆ ਜੀ ਹੁਣ ਸਾਡਾ ਇਹ ਕੰਮ ਆ ਜੀ ਅਸੀਂ ਚੰਗੇ ਚੰਗੇ ਕਿੱਛੇ ਲਿਖਿਆ ਜਿਹੜੇ ਉਹਦੇ ਵਿੱਚੋਂ ਸਾਡੇ ਬੋਲੀਆਂ ਹੂੰ ਜਾਂ ਦਸਤ ਬਹੁਤ ਚੰਗੇ ਹੂੰ ਜਿਵੇਂ ਪੂਰਨ ਭਾਗਤਾ ਤਕਰੀਬਨ ਜੀ ਬਹੁਤ 3 ਘੰਟੇ ਜਿਆ ਲੱਗੇ ਰਿਗੇ ਤੇ ਇੱਕ ਹੀ ਛੇ ਮੁੱਕਦਾ ਚਾਰ ਛੇ ਚ ਛਪਿਆ ਤੇ ਚੱਕੇ ਲਗਾਤਾਰ ਜੇ ਬੋਲੀਆਂ ਪਾਉਣਗੇ ਹੁਣ ਕਿੰਨਾ ਟਾਈਮ ਪਾ ਸਕਦੇ ਆ ਤੁਸੀਂ ਮੈਂ ਜੀ ਜਿਵੇਂ ਲਗਾਤਾਰ 3 ਘੰਟੇ ਦਾ ਇਹ ਪ੍ਰੋਗਰਾਮ ਨਸਤ ਹੁੰਦਾ ਜੀ ਹੂੰ ਤਕਰੀਬਨ ਜੀ 10 ਦਿਨ ਤੱਕ ਲਗਾਤਾਰ ਅਸੀਂ ਜਵਾਨੀ ਪਾ ਸਕਦੇ ਹਾਂ ਲਗਾਤਾਰ 10 ਦਿਨ ਚਲਾ ਸਕਦੇ ਹਾਂ ਚਲਾ ਸਕਦੇ ਹਾਂ ਅੱਛਾ ਉਹ ਤੋਂ ਬਾਅਦ ਜੀ ਨਿਤ ਦੀ ਤਾਂ ਛੜੀ ਜਿਆਦਾਤ ਹੋਰ ਵੱਧਦੀ ਜਾਂਦੀ ਅਸੀਂ ਪੁਰਾਣੇ ਕਿਸ਼ਿਆਂ ਨੂੰ ਵੇਖ ਲੈਨੇ ਨਾ ਧਿਆਨ ਮਾਰ ਲੈਨੇ ਤੇ ਅਸੀਂ ਹੋਰ ਵੱਧ ਜਾਂਦੇ ਹਾਂ ਇੰਨਾ ਯਾਦ ਰੱਖਣਾ ਬਹੁਤ ਔਖਾ ਕਿਵੇਂ ਯਾਦ ਰੱਖਦੇ ਕਿ ਲਗਾਤਾਰ ਕਿਵੇਂ ਪੜ੍ਹ ਹੀ ਜਾਂਦੇ ਸੀ ਪੜ੍ਹ ਹੀ ਜਾਂਦੇ ਕਿਵੇਂ ਯਾਦ ਕਰਦੇ ਜੀ ਕੁਝ ਤਾਂ ਪੜਾਈ ਵੀ ਕੀਤੀ ਹੂੰ ਕੁਝ ਜਿਆਦਾਸ਼ਤ ਬਣ ਗਈ ਕੁਝ ਜੀ ਜਿਵੇਂ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਜਦੋਂ ਆਪਾਂ ਪਹਿਲਾਂ ਸ਼ੁਰੂ ਕਰਦੇ ਹੂੰ ਉਹਦੇ ਵਿੱਚ ਕਰਤਾਰ ਸਿੰਘ ਨੇ ਇੱਕ ਬੋਲੀ ਪਾਈ ਹੈ ਉਹਦੇ ਵਿੱਚ ਪ੍ਰਮਾਤਮਾ ਵੀ ਸਹਾਇਤਾ ਕਰਦਾ ਹੈ ਹੋਰ ਜਿਵੇਂ ਮਾਤਾ ਸ਼ਕਤੀਆਂ ਹੋਰ ਹੈ ਉਹਦੇ ਵਿੱਚੋਂ ਜੀ ਮੈਂ ਤੁਹਾਨੂੰ ਬੋਲੀ ਪਾ ਕੇ ਸੁਣਾਉਂਦਾ ਬਿਲਕੁਲ ਸੁਣਾਓ ਹਾਂਜੀ ਹਾਂਜੀ ਉਹਦੇ ਵਿੱਚ ਜੀ ਉਹਨਾਂ ਨੇ ਬੋਲੀ ਪਾਈ ਉਹਨਾਂ ਨੇ ਕਿਹਾ ਪਹਿਲਾ ਸਿਮਰਾਂ ਬਾਹੇ ਗੁਰੂ ਨੂੰ ਮਗਰੋਂ ਕਲਮੇ ਠਾਈ ਠੀਕ ਆ ਦੂਜੀ ਬੰਦ ਨਾ ਗੁਰਦੇਵ ਪਿਤਾ ਨੂੰ ਤੀਜੀ ਧਰਮ ਦੀ ਮਾਈ ਚੌਥੀ ਓਟ ਗੁਰਨਾਨਕ ਦੇਵ ਨੂੰ ਬਾਣੀ ਜਿਨਾ ਫਰਮਾਈ ਵਾਣੀ ਪੜੇ ਮੁਖ ਉਜਲ ਹੋ ਗਏ ਮੈਲ ਜਨਮ ਜਨਮ ਦੀ ਲਾਈ ਸਰਬ ਲੋਕ ਨੂੰ ਬੰਦਨਾ ਹਵਾਰੀ ਹੈ ਨਹੀਂ ਦਿਲ ਵਿੱਚ ਛਾਈ ਦਸ ਕਰਤਾਰ ਸਿਆ ਉਹ ਦਸ ਕਰਤਾਰ ਸਿਆ ਅੱਗੇ ਪੱਤਰਾ ਫੋਲ ਕੇ ਭਾਈ ਉਹ ਰਚਨਾ ਦੋ ਕੜੀਆਂ ਸੁਣ ਕੇ ਖਾਲਸਾ ਜਾਈ ਉਹ ਰਚਨਾ ਦੋ ਕੜੀਆਂ ਠੀਕ ਹੈ ਇਹੇ ਜਿਹੜੀਆਂ ਜਿਹਦੇ ਵਿੱਚੋਂ ਸਿੱਖਿਆ ਵੀ ਮਿਲਦੀ ਹੈ ਵੀ ਜਿਵੇਂ ਗੁਰਬਾਣੀ ਪੜ੍ਹ ਲਓ ਜਨਮਾਂ ਜਨਮਾਂ ਦੀ ਮੈਲ ਲਹਿ ਜਾਂਦੀ ਹੈ ਇੱਕ ਰਕਮ ਦੀ ਜਿਵੇਂ ਆਪਾਂ ਕਹਦੇ ਹਾਂ ਬਹੁਤ ਵਧੀਆ ਸੰਦਾਬੰਦੀ ਕਿਉਂਕਿ ਇਹ ਸੁਣਦੇ ਨਾਲ ਲੋਕਾਂ ਨੂੰ ਕੋਈ ਚੀਜ਼ ਪ੍ਰਾਪਤ ਵੀ ਹੁੰਦੀ ਹੈ ਮਨ ਕਰਦਾ ਵੀ ਵੀ ਲਿਖਿਆ ਜਦੋਂ ਵੀ ਗੁਰਬਾਣੀ ਪੜ੍ਹ ਲੈਣੀ ਚੰਗੀਆਂ ਚੀਜ਼ਾਂ ਪੜਨ ਨੂੰ ਮਨ ਕਰਦਾ ਹੈ ਬਿਲਕੁਲ ਜੀ ਤੇ ਜਿਹੇ ਜਿਹੇ ਜ ਸੁਣਦੇ ਆ ਜੇ ਮਾੜਾ ਸੁਣਦੇ ਆ ਤਾਂ ਉਹ ਮਨ ਉਹੋ ਜੇ ਬਕਾਰਾਂ ਲਈ ਜਾਂਦਾ ਹੈ ਜੋ ਚੰਗਾ ਸੁਣੂਗਾ ਬੱਚੇ ਨੂੰ ਪਹਿਲਾਂ ਤੋਂ ਇਹ ਜਿਹੜੀਆਂ ਚੀਜ਼ਾਂ ਸੁਣਨਗੇ ਸਿੱਖਣਗੇ ਤੇ ਚੰਗਾ ਸੋਚਣਗੇ ਬਿਲਕੁਲ ਜੀ ਇਹ ਤਾਂ ਦੇਖੋ ਜੀ ਜੇ ਆਪਾਂ ਚੰਗੀ ਚੀਜ਼ ਦਾ ਤਾਂ ਚੰਗਾ ਹੀ ਫਲ ਹੋਣਾ ਤੇ ਮੰਦੀ ਦਾ ਇਹ ਤਾਂ ਜੀ ਪਿੱਛੇ ਤੁਸੀਂ ਦੇਖੋ ਗੁਰਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਹੂੰ ਚੰਗੇ ਕੰਮੀ ਨਾਨਕਾ ਜਨਮਕਤ ਚੰਗਾ ਹਾਂ ਫਿਰ ਉਹਨਾਂ ਨੇ ਕਿਹਾ ਜੀ ਮਿੱਠਤ ਨੀਮੀ ਨਾਨਕਾ ਗੁਰੂ ਜੀ ਜਨਮਤ ਹਾਂਜੀ ਉਹਨਾਂ ਨੇ ਜੀ ਬੜੇ ਕਈ ਤਰ੍ਹਾਂ ਦੇ ਆਪਾਂ ਨੂੰ ਉਤਸ਼ਾਹ ਵੀ ਦਿੱਤੇ ਹਮ ਲੇਖਕੀ ਗਰਵਾਣੀ ਵੀ ਦੱਸਿਆ ਸਾਰਾ ਕੁਝ ਜੀ ਉਹਨਾਂ ਨੇ ਤਾਂ ਮੂਰੇ ਖੋਜ ਕੇ ਰੱਖਤਾ ਹਮ ਗਾਂ ਜੀ ਦੇਖੋ ਆਪਾਂ ਧਾਰਮਿਕ ਜਿਵੇਂ ਪਾਸ਼ਾਈਆਂ ਦਾ ਜਿਵੇਂ ਹੋਰ ਜੀ ਕਿਸੇ ਨੂੰ ਵੀ ਦਾ ਹਮ ਦੁਆਪਰ ਤ੍ਰੇਤੇ ਸਤਜੁਗ ਚ ਅਵਤਾਰ ਆਈ ਜੀ ਹਮ ਤੇ ਸਾਰਿਆਂ ਨੂੰ ਜੀ ਆਪਾਂ ਨਮਸਕਾਰ ਕਰਦੇ ਆ ਮੰਨਦੇ ਵੀ ਆ ਇਸ ਕਰਕੇ ਆਪਾਂ ਇਹ ਕਹਿੰਦੇ ਵੀ ਤਾਂ ਜੇ ਆਪਾਂ ਦੇਖਿਆ ਜਾਵੇ ਇੱਥੇ ਇਹ ਵੀ ਆਉਂਦਾ ਵੀ ਜਿਵੇਂ ਅੱਗੇ ਜਿਹੜੇ ਲੋਕ ਸੀ ਹਾਂਜੀ ਉਹ ਬੜੀ ਸਰਦਾ ਰੱਖਦੇ ਸੀ ਜੇ ਉਹਨਾਂ ਨੂੰ ਕਹਿ ਦੇਣਾ ਵੀ ਤੇਰੇ ਤੇ ਆਹ ਕਿਰਪਾ ਹੋ ਗਈ ਉਹਨਾਂ ਕਹਿੰਦਾ ਠੀਕ ਆ ਉਹਨਾਂ ਨੇ ਬੜੀ ਲੁਕਾ ਚ ਸਰਦਾ ਵਾਲੀ ਸੀ ਭਾਵਨਾ ਅੰਦਰ ਸੀਗੀ ਪਰ ਹੁਣ ਲੋਕੀ ਤਰਕਵਾਦੀ ਬਲੇ ਹੋ ਗਏ ਹੁਣ ਕਹਿੰਦੇ ਦਿਖਾ ਹੁਣ ਦੱਸੋ ਜੀ ਜੇ ਕੋਈ ਗੁਰਬਾਣੀ 'ਚ ਲਿਖਿਆ ਵਾ ਉਹ ਕਹਿੰਕੇ ਨੂੰ ਸਿੱਧ ਕਰਕੇ ਪ੍ਰਯੋਗ ਕਰਕੇ ਦਿਖਾ ਤੇ ਲੋਕੀ ਜਿਆਦੇ ਸੰਕਾਵਾਦੀ ਹੋਗੇ ਤੇ ਦੁਖੀ ਵੀ ਜਿਆਦੇ ਦੁਖੀ ਇਸ ਕਰਕੇ ਆ ਜੀ ਉਹਨਾਂ ਨੂੰ ਵਿਸ਼ਵਾਸ ਹੈ ਹੂੰ ਜੇ ਜੀ ਆਪਾਂ ਨੂੰ ਗੁਰਬਾਣੀ ਤੇ ਵਿਸ਼ਵਾਸ ਹੈ ਤਾਂ ਸਭ ਕੁਝ ਸੀ ਹੂੰ ਵਿਸ਼ਵਾਸ ਜਨਪ੍ਰੇਮ ਕੀਆ ਤਿੰਨ ਪ੍ਰਭੂ ਪਾਇਆ ਹੂੰ ਇਹ ਜੀ ਉਹਨਾਂ ਨੇ ਐਵੇਂ ਤਾਂ ਲਿਖ ਨਹੀਂ ਦਿੱਤਾ ਹੂੰ ਉਹਨਾਂ ਨੇ ਤਾਂ ਹੀ ਲਿਖਿਆ ਨਾ ਜਨ ਪ੍ਰੇਮ ਪ੍ਰੇਮ ਆਪਾਂ ਕਰਾਂਗੇ ਤਾਂ ਪ੍ਰਭੂ ਨੂੰ ਪਾ ਲਾਂਗੇ ਜੇ ਆਪਾਂ ਪ੍ਰੇਮ ਨਹੀਂ ਕਰਨਾ ਤੇ ਫਿਰ ਜੀ ਆਪਾਂ ਪ੍ਰਭੂ ਨੂੰ ਕਿੱਥੇ ਪਾ ਲਾਂਗੇ ਪ੍ਰਭੂ ਤਾਂ ਵਹਿੰਦੇ ਆ ਜੀ ਵੇ ਦੁਨਿਆਵੀ ਪਹਿਲਾਂ ਤਾਂ ਜੀ ਆਪਾਂ ਨੂੰ ਇਹ ਵੇਖਣਾ ਚਾਹੀਦਾ ਹਮ ਪਰਮਾਤਮਾ ਨੇ ਵੀ ਕਿਹਾ ਸਭ ਮਹਾਪੁਰਸ਼ ਕਹਿੰਦੇ ਆ ਉਹੀ ਮੇਰੇ ਵਿੱਚ ਹੈ ਉਹੀ ਦੂਸਰੇ ਵਿੱਚ ਦੂਸਰੇ ਠੀਕ ਹੈ ਇੱਕ ਦੂਜੇ ਨਾਲ ਦਾਅਵੇ ਬੰਦੇ ਆ ਜੀ ਲੜਦੇ ਆ ਉਹ ਲੜਦੇ ਕਿਹਦੇ ਨਾਲ ਉਹ ਚੀਜ਼ ਨੂੰ ਆਪਾਂ ਵੇਖੋ ਉਹਦੇ ਵਿੱਚ ਵੀ ਉਹੀ ਰੱਬ ਵੱਸਦਾ ਤੇ ਮੇਰੇ ਵਿੱਚ ਵੀ ਉਹੀ ਵੱਸਦਾ ਇਹ ਇਸ ਗੱਲ ਨੂੰ ਆਪਾਂ ਨਿਰਮਤਾ ਨਾਲ ਦੇਖ ਗਏ ਝੱਕ ਕੇ ਪਹਿਨਾਈ ਕੀ ਤੇ ਫਿਰ ਜੀ ਆਪਾਂ ਬਹੁਤ ਵਧੀਆ ਜ਼ਿੰਦਗੀ ਜਿਵੇਂ ਹੁਣ ਆਪਾਂ ਗੱਲ ਕਰੀਏ ਸਿੱਖਣ ਦੀ ਜਿਵੇਂ ਅੱਗੇ ਲੋਕਾਂ 'ਚ ਬਹੁਤ ਆਸਾ ਹੁੰਦਾ ਸੀ ਸਿੱਖਣ ਵੀ ਜਾਂਦੀ ਸੀ ਬਿਲਕੁਲ ਜੀ ਹੁਣ ਤੁਹਾਨੂੰ ਲੱਗਦਾ ਵੀ ਕੋਈ ਬੋਲੀਆਂ ਜਾਂ ਕਵਤਾਵਾਂ ਸਿੱਖਦੀ ਆ ਜਿਸ ਬਹੁਤ ਵੀ ਨੌਜਵਾਨੇ ਇਸ ਪਾਸੇ ਨੂੰ ਆ ਰਹੇ ਨੇ ਕਿ ਕਿਵੇਂ ਲੱਗਦੇ ਨਹੀਂ ਜੀ ਬਹੁਤ ਘੱਟ ਹੂੰ ਤਕਰੀਬਨ ਜੀ ਇੰਨੀ ਪਹਿਲੀ ਤਾਂ ਗੱਲ ਉਹ ਇਹ ਜੀ ਜੋ ਚੀਜ਼ਾਂ ਪ੍ਰਾਪਤ ਕਰਨੀਆਂ ਕਿਸੇ ਗੁਰੂ ਨੂੰ ਧਾਰਨ ਕਰਕੇ ਉਹ ਤੋਂ ਸਿੱਖਣ ਹੂੰ ਇਹਦੇ ਵਿੱਚ ਜੀ ਨੀਂਦਰਾ ਵੀ ਚੱਲਣਾ ਪੈਂਦਾ ਹੂੰ ਫਿਰ ਉਹਦਾ ਕਹਿਣਾ ਵੀ ਮੰਨਣਾ ਪੈਂਦਾ ਫਿਰ ਉਹ ਕਿਸੇ ਕੰਮ 'ਚ ਬਿਜੀ ਆ ਜਿਵੇਂ ਬਾਪੂ ਕਰਤਾਰ ਸਿੰਘ ਸੀ ਹੂੰ ਉਹ ਕਈ ਮੇਰੀ ਹੂੰ ਮਤਲਬ ਉਹਨਾਂ ਦਾ ਕੰਮਕਾਰ ਹੁੰਦਾ ਸੀ ਅਜਿਉਂ ਉਹਨਾਂ ਕੋਲ ਖੇਤ ਜਾ ਵੜਨਾ ਹੂੰ ਫਿਰ ਉਹਨਾਂ ਦਾ ਅਸੀਂ ਕੰਮ ਵੀ ਕਰਾਉਂਦੇ ਕੰਮ ਵੀ ਕਰਾਉਣਾ ਕਿਉਂ ਸਾਨੂੰ ਇਹ ਸੀ ਵੀ ਅਸੀਂ ਇਹਨਾਂ ਤੋਂ ਇਹ ਬੋਲੀਆਂ ਦਾ ਗੁਣ ਲੈਣਾ ਤੇ ਤਾਂ ਕਰਕੇ ਜੀ ਫਿਰ ਅਸੀਂ ਕਈ ਵੀਰੀ ਸਾਨੂੰ 12 1 2 ਰਾਤ ਦੇ ਵੱਜ ਜਾਂਦੇ ਜੀ ਮਿਹਨਤ ਕਰਨੀ ਪੈਂਦੀ ਹੈ ਤੇ ਫਿਰ ਦੀ ਆਪ ਵੀ ਬੈਠ ਕੇ ਮਿਹਨਤ ਕਰਨੀ ਤੇ ਫਿਰ ਹੀ ਜੀ ਚੀਜ਼ਾਂ ਸਿੱਖੀਆਂ ਜਾਂਦੀਆਂ ਮਿਹਨਤ ਕਹਿੰਦੇ ਆ ਜੀ ਇੱਕੋ ਇੱਕ ਤਰੱਕੀ ਦਾ ਰਾਹ ਸਖਤ ਮਿਹਨਤ ਸਖਤ ਤੇ ਇਹਨਾਂ ਗੱਲਾਂ 'ਚ ਧਿਆਨ ਦੀਗੇਤਾ ਜੀ ਕੁੱਲ ਵੀ ਕੋਈ ਵੀ ਕੰਮ ਕਰ ਲੋ ਮਿਹਨਤ ਤੱਕ ਕਰਨੀ ਪਊ ਜੀ ਮਿਹਨਤ ਹੁਣ ਜੀ ਕਰਦੇ ਨਹੀਂ ਇਸ ਕਰਕੇ ਹੁਣ ਥੋੜਾ ਜਿਹਾ ਜੀ ਕੰਮ ਰੁਕਿਆ ਜਾ ਪਿਆ ਤੁਹਾਡੇ ਪਰ ਲੋਕਾਂ ਨੂੰ ਅਤਿਸ਼ਾ ਦਵਾਰੇ ਕੁਝ ਹੋਇਆ ਵੀ ਆਖਰ ਤੇ ਇਹ ਜਿਹੜੇ ਵੀ ਦਰਸ਼ਕ ਦੇਖ ਰਹੇ ਕਿਉਂਕਿ ਮੰਨਤਾ ਕਰਦਾ ਵੀ ਲੱਗੇ ਰਹੀਏ ਕਿਉਂਕਿ ਸਮਾਂ ਜਿਹੜਾ ਹੈਗਾ ਇਹ ਆਪਾਂ ਨੂੰ ਸਮਾਂ ਬੰਦਮਾ ਤੇ ਸਮੇਂ ਨੂੰ ਦੇਖਦੇ ਹੋਏ ਆਪਾਂ ਨੂੰ ਸਮਾਪਤੀ ਵੱਲ ਵੀ ਜਾਣਾ ਪੈਣਾ ਤੇ ਆਖਰ ਤੇ ਜਿਹੜੇ ਵੀ ਆਪਾਂ ਨੂੰ ਦਰਸ਼ਕ ਦੇਖ ਰਹੇ ਨੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਨੇ ਕੋਈ ਵੀ ਮੰਦੀ ਗੱਲ ਆ ਵੀ ਬੱਚਿਆਂ ਨੂੰ ਉਹ ਕਿੱਧਰ ਜੋੜਨ ਕੀ ਕਰਨ ਕੋਈ ਵੀ ਸਨੇਹਾ ਜਿਹੜਾ ਦਰਸ਼ਕਾਂ ਤੱਕ ਪਹੁੰਚਦਾ ਕਰਨਾ ਉਹ ਜ਼ਰੂਰ ਦਿਓ ਇਹ ਜੀ ਮੈਂ ਤਾਂ ਸਾਰੇ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਮੈਂ ਸਾਰਿਆਂ ਨੂੰ ਕਹਿਣਾ ਜੀ ਪਹਿਲੇ ਨੰਬਰ ਤੇ ਤਾਂ ਦੇਖੋ ਜੀ ਗੁਰਬਾਣੀ ਨਾਲ ਜੁੜੋ ਹੂੰ ਸਭ ਤੋਂ ਪੱਡੀ ਗੁਰਬਾਣੀ ਦੂਜੇ ਨੰਬਰ ਤੇ ਜੀ ਦੁਨਿਆਵੀ ਤੇ ਨਾਲ ਵੀ ਇੰਨਾ ਪਿਆਰ ਰੱਖੋ ਹਮ ਇੰਨਾ ਪਿਆਰ ਰੱਖੋ ਨੀਵੇਂ ਹੋ ਕੇ ਆਪ ਚੱਲੋ ਤੇ ਸਭ ਕੁਝ ਹੀ ਪ੍ਰਾਪਤ ਹੋ ਜੂ ਜੀ ਮੇਰਾ ਸਨੇਹਾ ਤਾਂ ਇਹੀ ਹੈ ਜੀ ਇੱਕ ਦੂਸਰੇ ਨਾਲ ਪਿਆਰ ਰੱਖੋ ਹਮ ਇੱਕ ਦੂਸਰੇ ਤੇ ਜੇ ਕਿਸੇ ਟਾਈਮ ਕਿਸੇ ਟਾਈਮ ਕੋਈ ਦੁਰਘਟਨਾ ਜਾਂ ਕੋਈ ਬਖਤਾ ਉਹਦਾ ਨਗਾਓ ਪਿਆਰ ਚ ਰਹੋ ਹਮ ਤੇ ਪਿਆਰ ਚੋਂ ਹੀ ਸਭ ਕੁਝ ਪ੍ਰਾਪਤ ਹੋਣਾ ਜੀ ਮੈਂ ਤਾਂ ਇਹ ਚਾਹੁੰਦਾ ਵੀ ਗੁਰਬਾਣੀ ਨੂੰ ਮੰਨੋ ਹਮ ਰਲ ਮਿਲ ਕੇ ਰਹੋ ਰਲ ਮਿਲ ਕੇ ਰਹੋ ਤੇ ਸਾਰਾ ਕੁਝ ਆਪਾਂ ਨੂੰ ਖੇਰੀ ਪ੍ਰਾਪਤ ਹੋਊ ਜੀ ਤੇ ਜ਼ਰੂਰ ਤੁਸੀਂ ਸਾਰਿਆਂ ਨੇ ਗਰਬਾਣੀ ਤੇ ਲੜ ਲੱਗਣਾ ਤੇ ਜੀ ਮੈਂ ਤਾਂ ਇਹੀ ਕਹਿੰਦਾ ਵੀ ਪਿਆਰ ਨਾ ਰਹਿ ਕੀ ਇੱਕ ਵੱਡਿਆਂ ਦਾ ਆਦਰ ਕਰੋ ਛੋਟਿਆਂ ਦਾ ਪਿਆਰ ਕਰੋ ਇਹ ਜਿਹੜਾ ਸਹਿਤ ਆ ਜਿਵੇਂ ਤੁਸੀਂ ਗਾਉਂਦੇ ਸੀ ਲਿਖਦੇ ਆ ਇਹ ਵੀ ਜੀਵਨ ਨੂੰ ਬਦਲ ਦਿੰਦਾ ਜਿਵੇਂ ਕਵਤਾ ਮਾਂ ਬੋਲੀਆਂ ਧਾਰਮਿਕ ਇਹ ਜੀਵਨ ਨੂੰ ਇਹ ਵੀ ਬਦਲਦੀਆਂ ਨਰਮ ਕਰਦੀਆਂ ਬਹੁਤ ਜ਼ਿਆਦੇ ਜੀ ਸਾਡਾ ਮਨ ਇੰਨਾ ਨਹੀਂ ਮੈਂ ਜੀ ਸਾਨੂੰ ਕੋਈ ਕੁਝ ਕਹੀ ਜਾਵੇ ਅਸੀਂ ਉਹਨੂੰ ਫੇਰ ਵੀ ਕਹਿੰਨੇ ਵੀ ਕੋਈ ਨਹੀਂ ਹੂੰ ਚੱਲ ਜੇ ਅਸੀਂ ਥੋੜਾ ਜਿਹਾ ਘਟ ਜਾਂਦੇ ਤੂੰ ਸਾਨੂੰ ਅੱਗੇ ਵਾਸਤੇ ਚੰਗਾ ਦੱਸ ਦੇ ਭਵਾਂ ਜੀ ਸਾਨੂੰ ਉਹ ਮਾੜਾ ਹੀ ਬੋਲਦਾ ਸਾਨੂੰ ਉਹ ਚੰਗਾ ਲੱਗੂ ਚੰਗਾ ਆ ਲੱਗੂ ਜੀ ਚਲੋ ਕੋਈ ਨਹੀਂ ਜੇ ਮਾੜਾ ਬੋਲਦਾ ਵਿੱਚੋਂ ਕੋਈ ਚੰਗੀ ਗੱਲ ਵੀ ਬੋਲੂ ਅਸੀਂ ਉਹ ਪਕੜ ਲਾਂਗੇ ਬਿਲਕੁਲ ਉਹ ਗੱਲ ਨੂੰ ਫੜਾਂਗੇ ਤੇ ਚੰਗੀ ਫੇਰ ਅਪਣਾਵਾਂਗੇ ਇਸ ਕਰਕੇ ਅਸੀਂ ਕਹਿੰਨੇ ਜੀ ਕੋਈ ਨਹੀਂ ਸਾਡਾ ਤਾਂ ਮਨ ਨਹੀਂ ਬਾਜੀ ਤੇ ਮਹਾਰਾਜ ਮਤ ਉੱਚੀ ਦੇ ਤੇ ਅਸੀਂ ਸਾਰੇ ਦਰਸ਼ਕਾਂ ਨਾਲ ਪਿਆਰ ਰੱਖਗੇ ਆਉਣ ਵਾਲੀ ਘੜੀ 'ਚ ਅਸੀਂ ਏਦੂ ਵੀ ਵੱਧਗੇ ਮਹਾਰਾਜ ਸਾਨੂੰ ਪਤਾਵੇ ਤੇ ਹੋਰ ਜੀ ਆਏ ਆਂਦੇ ਵੀ ਤੁਹਾਡਾ ਵੀ ਬੜਾ ਧੰਨਵਾਦ ਹੈ ਵੀ ਜਿਨ੍ਹਾਂ ਨੇ ਸਾਡਾ ਟੁੱਟੇ-ਫੁੱਟੇ ਲਫ਼ਜ਼ਾਂ ਨੂੰ ਬੜੀ ਦੁਨੀਆ ਦੇ ਵਿੱਚ ਪਰਫੋਰਮਸ ਕਰਨਾ ਵਿਖਾਉਣਾ ਚਲੋ ਸਾਡਾ ਤਾਂ ਇਹ ਫਰਜ਼ੀ ਆ ਵੀ ਜੋ ਵੀ ਹੋ ਰਿਹਾ ਉਹਨੂੰ ਦਿਖਾਇਆ ਜਾਵੇ ਦਰਸ਼ਕੋ ਅਈ ਦੱਸ ਦਈਏ ਕਿ ਕਿਸੇ ਦਿਨ ਫੇਰ ਬੈਠ ਕੇ ਮੋਟਰ ਦੇ ਉੱਤੇ ਮਹਿਫਲ ਲਾਈ ਜਾਊਗੀ ਕਿਉਂਕਿ ਇੱਥੇ ਅੱਜ ਅਸੀਂ ਅੱਗੇ ਜਾ ਕੇ ਖੇਤ ਬੈਠਣਾ ਸੀ ਰੂਡ ਬਣ ਰਿਹਾ ਸੀ ਜਿਸ ਲਈ ਅਸੀਂ ਥੋੜਾ ਜਿਹਾ ਉਰੀ ਉੱਥੇ ਰੂਡ ਬਗਦਾ ਸੀ ਤੇ ਬਿਰਤੀ ਵੀ ਟੁੱਟ ਜਾਂਦੀ ਐ ਇਸ ਲਈ ਅਸੀਂ ਥੋੜਾ ਜਿਹਾ ਪਿੱਛੇ ਪੜਾ ਕਰ ਲਿਆ ਸੀ ਉੱਥੇ ਬੈਠ ਗਏ ਮੈਂ ਭਲਾ ਲਾ ਲੀਆਂ ਤੇ ਅਸੀਂ ਜਿਹੜੀਆਂ ਬੋਲੀਆਂ ਉਹ ਵੀ ਕਿਸੇ ਦਿਨ ਤੁਹਾਨੂੰ ਰਿਕਾਰਡ ਕਰਕੇ ਜਿੱਦੇ ਰੋੜ ਤਿਆਰ ਹੋ ਗਿਆ ਤੇ ਜਰੂਰ ਤੁਹਾਡੇ ਸਨਮੁਖ ਕਰਾਂਗੇ ਕਿ ਅੱਧਾ ਘੰਟਾ ਕਈ ਘੰਟੇ ਦੀਆਂ ਐ ਬੋਲੀਆਂ ਰਿਕਾਰਡਿੰਗ ਕਰਾਂਗੇ ਬੈਠ ਕੇ ਤੇ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਕਿਵੇਂ ਬੋਲੀਆਂ ਸੀ ਕਿਵੇਂ ਬੈਟਿਆ ਜਾਂਦਾ ਸੀ ਕਿਸ ਤਰ੍ਹਾਂ ਗਾਇਆ ਜਾਂਦਾ ਸੀ ਕਿਵੇਂ ਲੋਕ ਪਿਆਰ ਦੇ ਨਾਲ ਰਹਿੰਦੇ ਸੀ ਕਿ ਹੁਣ ਬਹੁਤ ਥੱਲੇ ਕਮੈਂਟ ਵੀ ਜਦੋਂ ਆਉਂਦੇ ਨੇ ਅਡੋਡੀ ਪਾਰਟੀਆਂ ਨੇ ਬੰਦੇ ਬਾਹਤੇ ਨੇ ਅਡੋਡੀ ਗਾਇਕਾਂ ਨੇ ਬਾਹਤੇ ਨੇ ਕਿ ਦੇਖਦੇ ਵੀ ਨਹੀਂ ਸੁਣਦੇ ਵੀ ਨਹੀਂ ਥੱਲੇ ਲਿਖਣ ਲੱਗ ਜਾਂਦੇ ਨੇ ਕਮੈਂਟ ਕਰਨ ਲੱਗ ਜਾਂਦੇ ਨੇ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਵੀ ਕੀ ਅਸੀਂ ਕਰੀ ਜਾਂਦੇ ਕਈ ਵਾਰ ਉੱਤੇ ਕੁਝ ਹੋਰ ਹੁੰਦਾ ਹੈ ਖਬਰ ਅਸੀਂ ਹੋਰ ਚਲਾਉਂਦੇ ਆ ਥੱਲੇ ਕੁਝ ਹੋਰ ਲਿਖੀ ਜਾਂਦੇ ਆ ਇਸ ਲਈ ਉਹਨਾਂ ਦੀ ਵੀ ਡਿਊਟੀ ਆ ਜਿਵੇਂ ਮੁਖਤਿਆਰ ਸਿੰਘ ਜੀ ਨੇ ਦੱਸਿਆ ਕਿ ਨਿਮਰਤਾ ਬਹੁਤ ਵੱਡੀ ਚੀਜ਼ ਕਿੰਨਾ ਚਿਰ ਕੋਈ ਵੀ ਇਸ ਤਰ੍ਹਾਂ ਕਿਸੇ ਦਾ ਜਿੱਦ ਦਾ ਯਾਨੀ ਆਪਸ ਵਿੱਚ ਰਲ ਮਿਲ ਕੇ ਪਿਆਰ ਦੇ ਨਾਲ ਰਹਿਣਾ ਚਾਹੀਦਾ ਸੋ ਅੱਗੇ ਵੀ ਤੁਹਾਨੂੰ ਅਸੀਂ ਸਾਰੀ ਜਿਹੜੀ ਹੈਗੀ ਅਪਡੇਟ ਦਿੰਦੇ ਰਹਿਾਂਗੇ ਹੋਰ ਲੇਖਕਾਂ ਸਹਿਤਕਾਰਾਂ ਉਹਨਾਂ ਨਾਲ ਮਲਾਵਾਂਗੇ ਤੇ ਬੋਲੀਆਂ ਵੀ ਇਹਨਾਂ ਦੀਆਂ ਕਿਤੇ ਜ਼ਰੂਰ ਤੁਹਾਨੂੰ ਰਿਕਾਰਡ ਕਰਕੇ ਸੁਣਾਵਾਂਗੇ ਕਮੈਂਟਾਂ ਦੇ ਵਿੱਚ ਜ਼ਰੂਰ ਤੁਸੀਂ ਦੱਸਣਾ ਕਿ ਤੁਹਾਨੂੰ ਕਿਵੇਂ ਲੱਗੀ ਸਾਡੀ ਅੱਜ ਦੀ ਇੰਟਰਵਿਊ ਤਾਂ ਕਿ ਅੱਗੇ ਆਪਾਂ ਹੋਰ ਕਲਾਕਾਰਾਂ ਨੂੰ ਸਿਹਤਕਾਰਾਂ ਨੂੰ ਮਿਲ ਸਕੀਏ ਤੇ ਉਹਨਾਂ ਦੇ ਪ੍ਰੋਗਰਾਮਾਂ ਜਿਹੜੇ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾ ਸਕੀਏ ਸੋ ਅੱਜ ਲਈ ਇੰਨੇ ਹੀ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਆ ਗਿਆ ਕੈਮਰਾਮੈਨ ਜਗਦੀਪ ਲੂਪ ਦੇ ਨਾਲ ਚਮਕੌਰ ਸਿੰਘ ਲੂਪੋ ਮੋਗਾ ਪਿੰਡ ਲੂਪੋ 5 ਚੈਨਲ ਪੰਜਾਬੀ ਹੋਰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ